ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਲੋਕ ਸਭਾ ਦੀਆਂ ਚੌਥੇ ਗੇੜ ਦੀਆਂ ਚੋਣਾਂ ਲਈ ਵੋਟਾਂ ਭਲਕੇ ਚੋਣ ਕਮਿਸ਼ਨ ਨੇ ਸੁਤੰਤਰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਕੀਤੇ ਸੁਰੱਖਿਆ ਦੇ ਪਖਤਾ ਪ੍ਰਬੰਧ ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵੱਲੋਂ ਸੁਚਾਰੂ ਤੇ ਨਿਰਵਿਘਨ ਚੋਣਾਂ ਲਈ ਨੋਡਲ ਅਫਸਰਾਂ ਨੂੰ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਭਾਰਤੀ ਵਿਦੇਸ਼ ਸੇਵਾ ਦੇ ਸਖਿਆਰਤੀ ਅਧਿਕਾਰੀਆਂ ਨੂੰ ਕੀਤਾ ਸੰਬੋਧਨ ਉੱਭਰ ਰਹੇ ਲੈਂਡਸਕੇਪ ਚੁਣੌਤੀਆਂ ਅਤੇ ਮੌਕਿਆਂ ਦੇ ਅਨੁરૂਪ ਕੰਮ ਕਰਨ ਦੀ ਦੱਸੀ ਜ਼ਰੂਰਤ ਇਸਰੋ ਵੱਲੋਂ ਤਾਮਿਲਨਾਡੂ ਚ ਨਵੇਂ ਤਰਲ ਰਾਕੇਟ ਇੰਜਣ ਦਾ ਸਫਲ ਪਰਖਾਣ ਭਾਰਤੀ ਨਰਮਾ ਐਸੋਸੀਏਸ਼ਨ ਮੁਤਾਬਕ ਇਸ ਸਾਲ ਨਰਮੇ ਦੀ ਬ੍ਰਾਹਮੜ 28 ਲੱਖ ਗੰਢਾਂ ਤੋਂ ਪਾਰ ਹੋਣ ਦੀ ਉਮੀਦ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਦੀਆਂ ਚੌਥੇ ਪੜਾ ਦੀਆਂ ਚੋਣਾਂ ਲਈ ਭਲਕੇ ਵੋਟਾਂ ਪੁਆਈਆਂ ਜਾਣਗੀਆਂ ਚੋਣ ਕਮਿਸ਼ਨ ਨੇ ਨਿਰਪੱਖ ਸੁਤੰਤਰ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਖੁੱਲਾ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਮੀਦਵਾਰਾਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਵੋਟਰਾਂ ਅਤੇ ਹਮਾਇਤੀਆਂ ਨਾਲ ਸਿੱਧੇ ਤੌਰ ਤੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਪੜਾ ਅਦੀਨ 9 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਭਲਕੇ ਵੋਟਾਂ ਪੁਆਈਆਂ ਜਾਣਗੀਆਂ ਇਹਨਾਂ ਸੀਟਾਂ ਕਉ ਉੱਤਰ ਪ੍ਰਦੇਸ਼ ਦੀਆਂ 13 ਮਹਾਰਾਸ਼ਟਰ ਦੀਆਂ 11 ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ 8-8 ਬਿਹਾਰ ਦੀਆਂ 5 ਝਾਰਖੰਡ ਅਤੇ ਓਡੀਸ਼ਾ ਦੀਆਂ 4-4 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਇੱਕ ਸੀਟ ਤੇ મતદાન ਹੋਵੇਗਾ ਇਸ ਪੜਾਅ ਤਹਿਤ 25 ਸੰਸਦੀ ਸੀਟਾਂ ਵਾਲੇ ਆਂਧਰਾ ਪ੍ਰਦੇਸ਼ ਅਤੇ 17 ਸੀਟਾਂ ਵਾਲੇ ਤੇਲੰਗਾਨਾ ਚ ਇੱਕੋ ਪੜਾਅ ਤਹਿਤ ਵੋਟਾਂ ਪੁਵਾਈਆਂ ਜਾਣਗੀਆਂ ਇਸ ਦੇ ਨਾਲ ਹੀ ਭਲਕੇ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 175 ਸੀਟਾਂ ਅਤੇ ਓਡੀਸ਼ਾ ਦੀਆਂ 147 ਸੀਟਾਂ ਚੋਂ 28 ਸੀਟਾਂ ਤੇ ਵਿਧਾਨ ਸਬਾ ਚੋਣਾ ਕਰਵਾਈਆਂ ਜਾਣਕੀਆਂ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿੱਚ ਪਾਈਆਂ ਗਈਆਂ ਵੋਟਾਂ ਦੇ ਅੰਤਿਮ ਅੰਕੜੇ ਜਾਰੀ ਕਰ ਦਿੱਤੇ ਨੇ ਇਸ ਪੜਾਅ ਵਿੱਚ ਕੁੱਲ 65.68 ਫੀਸਦੀ ਵੋਟਾਂ ਪਈਆਂ ਇਹਨਾਂ ਵਿੱਚ ਤਕਰੀਬਨ 66.89 ਫੀਸਦੀ ਮਰਦ 64.41 ਫੀਸਦੀ ਮਹਿਲਾ ਅਤੇ 25.2 ਫੀਸਦੀ ਟਰਾਂਸ ਜੈਂਡਰ ਵੋਟਰ ਸ਼ਾਮਲ ਨੇ ਤੀਜੇ ਪੜਾਅ ਵਿੱਚ 10 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ ਤੇ ਵੋਟ ਪਾਏ ਗਏ ਇਹਨਾਂ ਵਿੱਚ ਗੁਜਰਾਤ ਦਿਆ 25 ਕਰਨਾਟਕ 14 ਮਹਾਰਾਸ਼ਟਰ 11 ਉੱਤਰ ਪ੍ਰਦੇਸ਼ 10 ਮੱਧ ਪ੍ਰਦੇਸ਼ 9 ਛਤੀਸਗੜ੍ਹ ਦੀਆਂ 7 ਬਿਹਾਰ 5 ਅਸਾਮ ਅਤੇ ਪੱਛਮੀ ਬੰਗਾਲ ਦੀਆਂ 4-4 ਗੋਆ ਅਤੇ ਦਾਦਰਾ ਨਗਰ ਹਵੇਲੀ ਤੇ ਦਮਨ ਦੀਪ ਦੀਆਂ 2-2 ਸੀਟਾਂ ਸ਼ਾਮਲ ਨੇ ਤੀਜੇ ਗੇੜ ਦੀ VOTING ਖਤਮ ਹੋਣ ਨਾਲ 20 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 283 ਲੋਕ ਸਭਾ ਸੀਟਾਂ ਲਈ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਏ ਇਸ ਪੜਾਅ ਵਿੱਚ ਕੁੱਲ 1331 ਉਮੀਦਵਾਰ ਮੈਦਾਨ ਵਿੱਚ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੀ ਰਾਖਮੀ ਲੋਕ ਸਭਾ ਸੀਟ ਲਈ 1 ਜੂਨ ਨੂੰ ਪੁਆਇਆਂ ਜਾਣ ਵਾਲੀਆਂ ਵੋਟਾਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਾਰੇ ਹੀ ਨੋਡਲ ਅਫਸਰਾਂ ਨੂੰ ਬਿਹਤਰ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨੋਡਲ ਅਫਸਰਾਂ ਸਹਾਇਕ ਚੋਣ ਅਫਸਰਾਂ ਅਤੇ ਮਾਸਟਰ ਟ੍ਰੇਨਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਲੰਧਰ ਸੰਸਦੀ ਹਲਕੇ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਦੇ ਪੂਰਾ ਹੋਣ ਤੋਂ ਬਾਅਦ ਚੋਣ ਸਰਗਰਮੀਆਂ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ ਉਹਨਾਂ ਕਿਹਾ ਕਿ ਇਹਨਾਂ ਸਰਗਰਮੀਆਂ ਦੀ ਨਿਗਰਾਨੀ ਲਈ ਹਰ ਵਿਧਾਨ ਸਭਾ ਹਲਕੇ ਦੇ ਪੱਧਰ ਤੇ ਤਾਇਨਾਤ ਛਾਪਾ ਮਾਰ ਦਸਤਿਆਂ ਅੰਕੜਾ ਨਿਗਰਾਨੀ ਟੀਮਾਂ ਵੀਡੀਓ ਨਿਗਰਾਨੀ ਟੀਮਾਂ ਅਤੇ ਵੀਡੀਓਗ੍ਰਾਫੀ ਸਮੇਤ ਵਕਫ ਵਕਫ ਨਿਗਰਾਨ ਟੀਮਾਂ ਨੂੰ ਹੋਰ ਸਰਗਰਮ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਸੰਬੰਧੀ ਸ਼ਿਕਾਇਤ ਆਉਣ ਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਏ ਅਗਰਵਾਲ ਨੇ ਪੋਲਿੰਗ ਬੂਥਾਂ ਤੇ ਪੋਲਿੰਗ ਪਾਰਟੀਆਂ ਲਈ ਪੀਣ ਵਾਲੇ ਪਾਣੀ ਰਿਫਰੈਸ਼ਮੈਂਟ ਪਾਰਕਿੰਗ ਸੁਰੱਖਿਆ ਅਤੇ ਮੈਡੀਕਲ ਟੀਮਾਂ ਸਮੇਤ ਹੋਰ ਸਾਰੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਮੀਟਿੰਗ ਵਿੱਚ ਮੌਜੂਦ ਜਲੰਧਰ ਦਿਹਾਤੀ ਦੇ ਐਸਐਸਪੀ ਅੰਕੁਰ ਗੁਪਤਾ ਨੇ ਵੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਬਿਹਤਰ ਤਾਲਮੇਲ ਕਾਇਮ ਕਰਨ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧ ਪੂਕਤਾ ਕੀਤੇ ਗਏ ਨੇ ਅਤੇ ਨਾਕਿਆਂ ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਸਾਲ 2023 ਬੈਚ ਦੇ ਭਾਰਤੀ ਵਿਦੇਸ਼ ਸੇਵਾ ਆਈ ਐਫ ਐਸ ਦੇ ਸਿਖਿਆਰਤੀ ਅਧਿਕਾਰੀਆਂ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉੱਭਰ ਰਹੇ ਲੈਂਡਸਕੇਪ, ਇਸ ਦੀਆਂ ਚੁਣੌਤੀਆਂ, ਮੌਕੇਆਂ ਅਤੇ ਬਦਲਦੇ ਅਭਿਆਸਾਂ ਤੋਂ ਉਨ੍ਹਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਏ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਵਿਕਸਿਤ ਭਾਰਤ ਦੀ ਯਾਤਰਾ ਨੂੰ ਆਕਾਰ ਦੇਣ ਵਿੱਚ ਮਦਦ ਕਰ ਸਕਦੇ ਨੇ। ਵਿਦੇਸ਼ ਮੰਤਰੀ ਨੇ ਇਨ੍ਹਾਂ ਸਿਖਿਆਰਤਿਆਂ ਦਾ ਡਿਪਲੋਮੇਸੀ ਦੇ ਖੇਤਰ ਵਿੱਚ ਆਉਣ ਦਾ ਸਵਾਗਤ ਕੀਤਾ ਤੇ ਸਿਖਿਆਰਤਿਆਂ ਨੂੰ ਸ਼ੁਭਕਾਮਨਾ ਆਮਦਿਤੀਆਂ ਸਮਾਰੋਹ ਵਿੱਚ ਪਟਾਨੀ ਡਿਪਲੋਮੈਟ ਵੀ ਮੌਜੂਦ ਸਨ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਐਡੀਟਿਵ ਨਿਰਮਾਣ ਟੈਕਨੋਲੋਜੀ ਰਾਹੀਂ ਬਣਾਏ ਗਏ ਨਵੇਂ ਤਰਲ ਰਾਕੇਟ ਇੰਜਣ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਇਹ ਪ੍ਰੀਖਣ 9 ਮਈ ਨੂੰ ਤਾਮਿਲਨਾਡੂ ਵਿੱਚ ਮਹਿੰਦਰਗੀਰੀ ਵਿਖੇ ਇਸਰੋ ਪ੍ਰੋਪਲਸ਼ਨ ਕੰਪਲੈਕਸ ਵਿੱਚ ਕੀਤਾ ਗਿਆ ਇਸ ਨਵੀਂ ਡਿਜ਼ਾਈਨ ਕੀਤੇ PS4 ਇੰਜਣ ਦੇ ਪੁਰਜ਼ਿਆਂ ਦੀ ਗਿਣਤੀ 14 ਤੋਂ ਘਟਾ ਕੇ ਸਿਰਫ 1 ਕੀਤੀ ਗਈ ਹੈ ਅਤੇ 9 ਵੈਲਡਿੰਗ ਜੋੜਾ ਨੂੰ ਖਤਮ ਕਰ ਦਿੱਤਾ ਗਿਆ ਹੈ ਇਹ ਪ੍ਰਤੀ ਇੰਜਣ ਕੱਚੇ ਮਾਲ ਦੀ ਵਰਤੋਂ ਦੀ ਬਚਤ ਕਰੇਗਾ ਅਤੇ ਮੈਟਲ ਪਾਊਡਰ ਦੀ ਵਰਤੋਂ ਨੂੰ ਵੀ 565 ਕਿਲੋ ਉਹ ਤੋਂ 13.7 ਕਿਲੋਗ੍ਰam ਤੱਕ ਘਟਾਵੇਗਾ ਉਤਪਾਦਨ ਦਾ ਸਮਾਂ ਵੀ 60% ਤੱਕ ਘਟੇਗਾ ਇਸਰੋ ਇਸ PS4 ਇੰਜਣ ਨੂੰ ਨਿਯਮਤ ਤੌਰ ਤੇ PSLV ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਸ ਨਾਲ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਉન્નਤ 3D ਨਿਰਮਾਣ ਟੈਕਨੋਲੋਜੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਭਾਰਤੀ ਕਪਾ ਐਸੋਸੀਏਸ਼ਨ ਨੇ ਕਿਹਾ ਹੈ ਕਿ 24 ਸਤੰਬਰ ਨੂੰ ਖਤਮ ਹੋਣ ਵਾਲੇ ਫਸਲ ਸਾਲ 2023-24 ਦੌਰਾਨ ਨਰਮੇ ਦੀ ਬਰਾਮਦ ਤਕਰੀਬਨ 27% ਵਧ ਕੇ 28 ਲੱਖ ਗੰਢਾਂ ਤੱਕ ਪਹੁੰਚ ਜਾਵੇਗੀ ਐਸੋਸੀਏਸ਼ਨ ਨੇ ਕਿਹਾ ਕਿ ਫਸਲ ਸਾਲ 2022-23 ਯਾਨੀ ਕਿ ਅਕਤੂਬਰ ਤੋਂ ਸਤੰਬਰ ਵਿਚਾਲੇ ਨਰਮੇ ਦੀ ਬਰਾਮਦ 22 ਲੱਖ ਗੰਢਾਂ ਸੀ ਇੱਕ ਗੰਢ ਤਕਰੀਬਨ 170 ਕਿਲੋ ਦੇ ਬਰਾਬਰ ਹੁੰਦੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਅਤੁੱਲ ਗਨਾਤਰਾ ਨੇ ਦੱਸਿਆ ਕਿ ਦਸੰਬਰ 2023 ਤੋਂ ਮਾਰਚ 2024 ਦੌਰਾਨ ਅੰਤਰਰਾਸ਼ਟਰੀ ਕੀਮਤਾਂ ਦੇ ਮੁਕਾਬਲੇ ਭਾਰਤ ਦੀਆਂ ਕੀਮਤਾਂ 8 ਤੋਂ 10 ਫੀਸਦੀ ਘੱਟ ਹੋਣ ਕਾਰਨ ਭਾਰਤੀ ਨਰਮੇ ਦੀ ਮੰਗ ਵਧ ਗਈ ਸੀ ਉਹਨਾਂ ਦੱਸਿਆ ਕਿ ਭਾਰਤ ਤੋਂ ਨਰਮੇ ਦੀ ਬਰਾਮਦ ਮੁੱਖ ਰੂਪ ਵਿੱਚ ਬੰਗਲਾਦੇਸ਼ ਚੀਨ ਅਤੇ ਵਿਅਤਨਾਮ ਨੂੰ ਹੁੰਦੀ ਏ ਇਸ ਦੌਰਾਨ ਐਸੋਸੀਏਸ਼ਨ ਨੇ ਸਾਲ 2023-24 ਲਈ ਨਰਮੇ ਦਾ ਉਤਪਾਦਨ 309.7 ਲੱਖ ਗੰਢਾ ਹੋਣ ਦਾ ਅਨੁਮਾਨ ਲਗਾਇਆ ਹੈ ਜੋ ਤਕਰੀਬਨ ਪਿਛਲੇ ਮਹੀਨੇ ਦੇ ਅਨੁਮਾਨ ਅਨੁਸਾਰ ਹੀ ਏ ਸੀਮਾ ਸੁਰੱਖਿਆ ਬਲ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਦੋ ਵਕਫਾ ਖ ਖ ਥਾਵਾਂ ਤੇ ਦੋ ਪੈਕੇਟ ਹੈਰੋਇਨ ਬਰਾਮਦ ਕੀਤੀਏ ਬਲ ਦੇ ਜਲੰਧਰ ਸਥਿਤ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੰਕਾਤਰਾ ਪਿੰਡ ਨੇੜੇ ਇੱਕ ਖੇਤੋਂ 2 ਕਿਲੋ 175 ਗ੍ਰਾਮ ਅਤੇ ਇੱਕ ਹੋਰ ਪਿੰਡ ਟੀ ਜੇ ਸਿੰਘ ਤੋਂ 569 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਬੁਲਾਰੇ ਨੇ ਦੱਸਿਆ ਕਿ ਬਲਦੇ ਖੂਫੀਆ ਵਿੰਗ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਦੇ ਆਧਾਰ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸਦਕਾ ਇਹ ਕਾਮਯਾਬੀ ਹਾਸਲ ਹੋਈਏ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਦਵਾਈਆਂ ਦੇ ਇੱਕ ਕਾਰਖਾਨੇ ਤੋਂ ਚੱਲ ਰਹੇ ਅੰਤਰਰਾਜੀ ਗੈਰ ਕਾਨੂੰਨੀ ਦਵਾਈਆਂ ਦੇ ਨਿਰਮਾਣ ਅਤੇ ਸਪਲਾਈ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੰਮ੍ਰਿਤਸਰ ਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਅਤੇ ਬਾਰਡਰ ਰੇਂਜ ਪੁਲਿਸ ਅੰਮ੍ਰਿਤਸਰ ਵੱਲੋਂ ਗ੍ਰਿਫਤਾਰ ਕੀਤੇ ਗਏ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ਦੇ ਸੁਖਵਿੰਦਰ ਸਿੰਘ ਉਰਫ ਧਾਮੀ ਅਤੇ ਅੰਮ੍ਰਿਤਸਰ ਦੇ ਗੋਵਿੰਦ ਨਗਰ ਦੇ ਜਸਪ੍ਰੀਤ ਸਿੰਘ ਉਰਫ ਜਸਨਾ ਦੇ ਦੋ ਨਸ਼ਾ ਤਸਕਰਾਂ ਤੋਂ ਕੀਤੀ ਪੁੱਛਗਿੱਛ ਅਤੇ ਪੜਤਾਲ ਤੋਂ ਬਾਅਦ ਕੀਤੀ ਗਈਏ ਦੱਸਣਯੋਗ ਹੈ ਕਿ ਇਹਨਾਂ ਸਮਗਲਰਾਂ ਨੂੰ ਇਸੇ ਸਾਲ ਫਰਵਰੀ ਮਹੀਨੇ ਬਿਆਸ ਤੋਂ 4,24,000 ਤੋਂ ਵੱਧ ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਪੰਜ ਸੂਬਿਆਂ ਵਿੱਚ ਚਲਾਏ ਗਏ ਇਸ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ ਕੁੱਲ 7 ਨਸ਼ਾ ਸਮਗਲਰਾਂ ਸਪਲਾਈਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ ਆਗਿਆ ਦਿਓ ਨਮਸਕਾਰ